सुनेहा देना चाहनी है कि ये चिंगाड़ी उस प्रदेश तो छिड़ी है जिस प्रदेश की कौम दे लोग मुगलां नूं पहचान लई गुरु गोबिंद सिंह जी की फौज के लोग जंगलों च रह के पत्थरों से सौ के भुखे रह के उन्होंने लड़ाई की लड़ी थी। ये उस कौम के लोग ने फसल का दाम उन्होंने हथां च देना चाहते हो जेड़े कि थोड़े अदानी अबानी कारपोरेट कराने ने, लेकिन ये किसान नहीं हो देगा। थोड़े बॉर्डर से बैठे भरावां नूं मैं दोनों हत्थां नाल सलूट करदी हां और थोड़े ते मान करदी हां कि तुसीं उत्थे बैठो, ये काले कानून तुसीं वापस लैण दी लड़ाई जारी रखो। साडे वर्गे लोक थोड़े खेतां दे विच दिन रात काम करदे हां। ਪ੍ਰੀਤ ਬਰਾੜ ਐਡਵੋਕੇਟ ਸੁਪਰੀਮ ਕੋਰਟ ਅੱਜ ਖੇਤਾਂ ਦੇ ਵਿੱਚ ਐਕਚੁਅਲੀ ਜਿਹੜੀ ਕੇਂਦਰ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹੈ ਉਹਨਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਪੰਜਾਬ ਦੇ ਬਹੁਤ ਭੈਣ ਭਰਾ ਚਾਚੇ ਤਾਏ ਬਾਰਡਰ 'ਤੇ ਬੈਠੇ ਨੇ ਅਤੇ ਇੱਥੇ ਇੱਕ ਝੋਨੇ ਨੂੰ ਲਗਾਉਣ ਲਈ ਲੇਬਰ ਦੀ ਘਾਟ ਸੀ ਔਰ ਮੈਂ ਮਹਿਸੂਸ ਕੀਤਾ ਕਿ ਇਹ ਟਾਈਮ ਹੈ अगर मैं किसानों की मदद करना चाहती हाँ तो मैं झोना क्यों नहीं ला सकती, क्योंकि मैं वो किसान की बेटी है जी जिदी माँ ने एक राइटर ज हाईली एजुकेटड हो के खेत के ट्रैक्टर चलाए थे तो मैं क्यों नहीं खेतों के काम कर सकती। मैं बहुत किसानी नू करीबी तौर पर देखा है और मैं केंद्र की सरकार को ये कहना चाहनी है कि ये जेडे तुसी काले कानून काले तीन बिल पास किए ने, अगर थोड़ा ये रवैया इन्हां दे प्रति ये है कि तुसी ये कानून वापस नहीं लैने, मैं थोनू एक किसान की बेटी एक पढ़े लिखे वर्ग की धी हो के ये सुनेहा देना चाहनी है कि ये चिंगाड़ी उस प्रदेश तो छिड़ी है जिस प्रदेश की कौम दे लोग मुगलां नूं पहचान लई गुरु गोबिंद सिंह जी की फौज के लोग जंगलों च रह के पत्थरों से सौ के भुखे रह के उन्होंने लड़ाई लड़ी थी। ये उस कौम के लोग ने ਤੁਸੀਂ ਕਿਤੇ ਗਲਤ ਅੰਦਾਜ਼ਾ ਨਾ ਲਗਾਉਣਾ, ਇਹ ਵਾਪਸ ਆਉਣ ਵਾਲੇ ਨਹੀਂ ਹੈ। ਅਗਰ ਤੁਹਾਡਾ ਰਵੱਈਆ ਵਾਪਸ ਲੈਣ ਵਾਲਾ ਨਹੀਂ ਹੈ ਤਾਂ ਸਾਡੀ ਕੌਮ ਦਾ ਰਵੱਈਆ ਵੀ ਇਹ ਵਾਪਸ ਲੈਣ ਵਾਲਾ ਨਹੀਂ ਹੈ। ਸਾਡੇ ਸਾਰੇ ਕਿਸਾਨ ਭਰਾ ਮੈਂ ਇਹ ਅੱਜ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ, ਤੁਸੀਂ ਬਾਰਡਰ 'ਤੇ ਬੈਠ ਕੇ ਗੂੰਗੀ ਬੈਰੀ ਸਰਕਾਰ ਨੂੰ ਸੁਣਾਓ, ਉਹਨਾਂ ਨੂੰ ਇਹ ਸੁਨੇਹਾ ਦਿਓ ਕਿ ਤੁਹਾਡੇ ਬਿਲਾਂ ਦੇ ਵਿੱਚ ਕੀ ਖਾਮੀਆਂ ਨੇ, ਤੁਹਾਡੇ ਬਿਲਾਂ ਦੇ ਵਿੱਚ ਖਾਮੀਆਂ ਨੇ, ਤੁਸੀਂ ਕਿਸਾਨ ਨੂੰ ਮਜ਼ਦੂਰ ਬਣਾ ਕੇ ਰੱਖਣਾ ਚਾਹੁੰਦੇ, ਤੁਹਾਡੇ ਬਿਲਾਂ ਦੇ ਵਿੱਚ ਖਾਮੀਆਂ ਨੇ, ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਬਲੈਕ ਮਾਰਕੀਟਿੰਗ ਕਰਨ ਲਈ ਕਾਲਾ ਬਜ਼ਾਰੀ ਕਰਨ ਲਈ ਖੁੱਲ੍ਹਾ ਰਸਤਾ ਦੇ ਰਹੇ ਹੋ, ਤੁਹਾਡੀ ਬਿੱਲ ਦੇ ਵਿੱਚ ਖਾਮੀਆਂ ਨੇ, ਤੁਸੀਂ ਮੰਡੀਆਂ ਦਾ ਸਿਸਟਮ ਬੰਦ ਕਰਕੇ ਉਹਨਾਂ ਦਾ ਕੀ ਕਹਿੰਦੇ ਖਾਣ ਦੇ ਰਸਤੇ ਬੰਦ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹੋ। ਇਹ ਬਿੱਲਾਂ ਦੇ ਵਿੱਚ ਤੁਸੀਂ ਕਿਸਾਨ ਦੀ ਫਸਲ ਦਾ ਦਾਮ ਉਹਨਾਂ ਨੂੰ ਹੱਥਾਂ 'ਚ ਦੇਣਾ ਚਾਹੁੰਦੇ ਹੋ ਜਿਹੜੇ ਕਿ ਤੁਹਾਡੇ ਅਬਾਨੀ ਕਾਰਪੋਰੇਟ ਕਰਾਣੇ ਨੇ, ਲੇਕਿਨ ਇਹ ਕਿਸਾਨ ਨਹੀਂ ਹੋਣ ਦੇਗਾ। ਇਹ ਸੁਨੇਹਾ ਲੈ ਕੇ ਮੈਂ ਆਪਣੀ ਨਵੀਂ ਜਨਰੇਸ਼ਨ ਸਾਡੇ ਬਹੁਤ ਭੈਣ ਭਰਾ ਜਿਹੜੇ ਪੜ੍ਹੇ ਲਿਖੇ ਸੀ ਐਜੂਕੇਟਡ ਲੋਕ ਸੀਗੇ ਉਹਨਾਂ ਨੇ ਮੇਰੇ ਨਾਲ ਲਗਾਇਆ ਔਰ ਲਗਾ ਰਹੇ ਅਸੀਂ ਔਰ ਸਾਰੇ ਖੇਤਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਦਿਨ ਝੋਨਾ ਲੱਗੇਗਾ ਅਸੀਂ ਇਹ ਕੰਮ ਕਰਾਂਗੇ। ਲੇਕਿਨ ਮੈਂ ਸਾਰੀ ਸਾਡੀ ਜਿਹੜੀ ਹੈ ਪੜ੍ਹੀ ਲਿਖੀ ਕੌਮ ਹੈ ਉਹਨਾਂ ਨੂੰ ਵੀ ਇਹ ਸੁਨੇਹਾ ਦੇਵਾਂਗੀ ਕਿ ਅੱਜ ਲੋੜ ਹੈ ਕਿਸਾਨ ਨੂੰ, ਅੱਜ ਸਾਡੇ ਭਰਾਵਾਂ ਨੂੰ, ਅੱਜ ਪੰਜਾਬ ਨੂੰ ਲੋੜ ਹੈ, ਤੁਸੀਂ ਉਤਰੋ। ਇਹ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿੱਦਾਂ ਤੁਸੀਂ ਸਪਾ 'ਚ ਜਾ ਕੇ ਮੱਡ ਬਾਥ ਲੈਂਦੇ ਹੋ ਜਾਂ ਤੁਸੀਂ ਕੀ ਕਹਿੰਦੇ ਜਿਮ 'ਚ ਜਾ ਕੇ 2 ਘੰਟੇ ਲਾਉਂਦੇ ਹੋ, ਇੱਕ ਵਾਰੀ ਧਰਤੀ ਦੀ ਖੁਸ਼ਬੂ ਧਰਤੀ ਦੇ ਵਿੱਚ ਪੈਰ 'ਤੇ ਪਾ ਕੇ ਦੇਖੋ ਕੀ ਮਜ਼ਾ ਆਉਂਦਾ, ਕੀ ਕਹਿੰਦੇ ਖੇਤਾਂ ਦੇ ਵਿੱਚ ਤੁਹਾਨੂੰ ਧਰਤੀ ਮਾਂ ਕੀ ਕਹਿੰਦੇ ਸਵਾਦ ਦਿੰਦੀ ਹੈ। ਇੱਕ ਵਾਰੀ ਖੇਤਾਂ 'ਚ ਨਿਕਲੋ। ਅੱਜ ਝੋਨਾ ਲਗਾ ਰਹੇ ਹੋ ਤੁਸੀਂ ਆਪਣੀ ਪਹਿਲੀ 'ਚ ਲਗਾ ਰਹੇ ਹੋ ਜਾਂ ਕਿਸੇ ਦੀ ਪਹਿਲੀ 'ਚ ਲਗਾ ਰਹੇ ਹੋ? ਐਕਚੁਅਲੀ ਇਹ ਜਿਹੜਾ ਸਾਡੇ ਨਾਲ ਦੇ ਗੁਆਂਢੀ ਉਹਨਾਂ ਦਾ ਖੇਤ ਸੀਗਾ ਤੇ ਉਹਨਾਂ ਨੇ ਕੱਦੂ ਕੀਤਾ ਸੀ ਤੇ ਮੈਂ ਜੋ ਉਹਨਾਂ ਨੂੰ ਪੁੱਛਿਆ ਕਿ ਜੀ ਤੁਹਾਡੇ ਤੁਸੀਂ ਲਗਾ ਕਿਉਂ ਨਹੀਂ ਰਹੇ, 3 ਦਿਨ ਹੋ ਗਏ, ਤੇ ਉਹਨਾਂ ਨੇ ਜਦੋਂ ਮੈਨੂੰ ਕਾਰਨ ਦੱਸਿਆ ਤੇ ਮੈਨੂੰ ਬੜੀ ਸ਼ਰਮ ਆਈ। ਮੈਨੂੰ ਲੱਗਾ ਕਿ ਮੈਂ ਜਿੰਨੇ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਬੁਲਾ ਕੇ ਇਨਵਾਈਟ ਕਰਕੇ ਕਿਉਂ ਨਹੀਂ ਖੇਤਾਂ ਦੇ ਵਿੱਚ, ਠੀਕ ਕੀ ਹੈ, ਅਸੀਂ ਵੀ ਤੇ ਕੀ ਕਹਿੰਦੇ ਲੇਬਰ ਦਾ ਕੰਮ ਕਰਦੇ ਰਹੇ ਹਾਂ, ਕਿਸਾਨ ਦੀ ਧੀ ਹੈ, ਤੇ ਮੈਂ ਅੱਜ ਉਹਨਾਂ ਦੇ ਨਾਲ ਝੋਨਾ ਲਗਾਇਆ। ਕੀ ਕਾਰਨ ਕੀ ਸਾਹਮਣੇ ਆਇਆ ਤੁਹਾਡੇ ਜੀ ਉਹਨਾਂ ਦਾ ਕਿ ਕਿਉਂ ਨਹੀਂ ਲਗਾ ਰਹੇ ਸੀ?
क्योंकि इन्हां दे की कहिंदे भैन भरा ओह बॉर्डर ते गए होए ने, उन्हां कोल लेबर दी थोड़ी कमी सीगी, उत्थे बैठे केंद्र दी सरकार नाल लड़ाई लड़ रहे ने, इस करके मैं उन्हां दे नाल मदद कर रही हूं। आम लोगों नूं तुसीं की इक मैसेज दिंदे हो जिहड़े किसान बॉर्डर दे उत्ते बैठे ने और उन्हां दी फसल वी जिहड़ी बिजाई करन वाली है? जी मैं जिहड़े बॉर्डर ते बैठे भरा उन्हां नूं इह सुनेहा देना चाहुंदी हां कि जदों बचपन तों लै के हुण तक जदों मेरा कोई फौजी भरा दा ट्रक निकलदा सी, मैं उन्हां नूं आ सलूट इदां करदी सी। थोड़े बॉर्डर ते बैठे भरावां नूं मैं दोनों हत्थां नाल सलूट करदी हां और थोड़े ते मान करदी हां कि तुसीं उत्थे बैठो, एक काले कानून तुसीं वापस लैण दी लड़ाई जारी रखो, साडे वर्गे लोग थोड़े खेतां दे विच दिन रात काम करनगे।